ਭਾਜਪਾ ਆਗੂ ਤੇ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਮਨਪ੍ਰੀਤ ਬਾਦਲ ਦਾ ਜਿਹੜਾ ਗ੍ਰਿਫਤਾਰੀ ਵਾਰੰਟ ਸੀ ਉਸ ਦੀ ਮਿਆਦ ਖਤਮ ਹੋ ਗਈ ਹੈ ਤੇ ਦੁਬਾਰਾ ਗ੍ਰਿਫਤਾਰੀ ਵਾਰੰਟ ਤੇ ਲਈ ਅਦਾਲਤ ਦਾ ਰੁਖ ਵਿਜੀਲੈਂਸ ਵੱਲੋਂ ਕੀਤਾ ਜਾ ਸਕਦਾ ਹੈ ਹਾਲਾਂਕਿ ਥਾਂ ਥਾਂ ਤੇ ਛਾਪੇਮਾਰੀ ਹੋ ਰਹੀ ਹੈ ਨਦੀਕੀ ਰਿਸ਼ਤੇਦਾਰਾਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਹੋ ਰਹੀ ਹੈ ਪੰਜਾਬ ਦੇ ਨਾਲ ਨਾਲ ਦਿੱਲੀ ਹਿਮਾਚਲ ਪ੍ਰਦੇਸ਼ ਰਾਜਸਥਾਨ ਹਰਿਆਣਾ ਕਈ ਟਖਾਣੇ ਆ ਜਿਹੜੇ ਵਿਜੀਲੈਂਸ ਦਾਵਾ ਕਰ ਚੁੱਕੀ ਹੈ ਕਿ ਸਾਡੀ ਛਾਪੇ ਮਾਰੀ ਲਗਾਤਾਰ ਜਾਰੀ ਹੈ ਪਰ ਮਨਪ੍ਰੀਤ ਬਾਦਲ ਰੂਪੋਸ਼ ਹੋ ਗਏ ਨੇ ਉਹ ਦਿਖਦੇ ਕਿਤੇ ਨਹੀਂ ਔਰ ਮਨਪ੍ਰੀਤ ਬਾਦਲ ਇਸ ਦੇ ਬਾਰੇ ਆਪਣੇ ਵਕੀਲਾਂ ਦੇ ਜ਼ਰੀਏ ਹਾਈ ਕੋਰਟ ਤੱਕ ਦਾ ਦਰਵਾਜ਼ਾ ਖੜਕਾ ਚੁੱਕੇ ਨੇ ਔਰ ਇਸ ਮਸਲੇ ਦੇ ਵਿੱਚ ਸੁਣਵਾਈ ਵੀ ਹੋ ਸਕਦੀ ਹੈ ਪਰ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਪਘੋੜਾ ਕਰਾਰ ਦੇਣ ਦੀ ਕਾਰਵਾਈ ਨੂੰ ਆਰੰਭ ਦਿੱਤਾ ਹੈ ਸ਼ੁਰੂਆਤ ਹੋ ਗਈ ਹੈ ਕਿਉਂਕਿ ਇਹ ਕਾਰਵਾਈ ਇਥੋਂ ਸੰਕੇਤ ਮਿਲ ਰਹੇ ਨੇ ਕਿ ਪਘੋੜਾ ਕਰਾਰ ਕਿਵੇਂ ਦਿੱਤਾ ਜਾ ਸਕਦਾ ਕਿਉਂਕਿ ਵਿਜੀਲੈਂਸ ਨੇ ਗ੍ਰਿਫਤਾਰੀ ਵਾਰੰਟ ਜਿਹੜੇ ਦਿੱਤੇ ਗਏ ਸੀ ਉਹ ਮਿਆਦ ਅੱਜ ਖਤਮ ਹੁੰਦੀ ਹੈ ਦੁਬਾਰਾ ਗ੍ਰਿਫਤਾਰੀ ਵਾਰੰਟ ਲਈ ਜਦੋਂ ਵਿਜੀਲੈਂਸ ਅਦਾਲਤ ਦਾ ਰੁਖ ਕਰੇਗੀ ਤੇ ਫਿਰ ਇੱਕ ਤਰੀਖ ਜੇ ਤੈਅ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੋ ਸਕਦਾ ਮਨਪ੍ਰੀਤ ਬਾਦਲ ਦੇ ਲਈ ਜਿਹੜੀ ਆ ਤਸਵੀਰ ਵੀ ਜਾਰੀ ਕੀਤੀ ਜਾਵੇ ਲੁੱਕ ਆਊਟ ਸਰਕਲ ਜਿਹੜਾ ਹੈਗਾ ਉਹ ਪਹਿਲਾਂ ਹੀ ਜਾਰੀ ਕੀਤਾ ਜਾ ਸਕਦਾ ਜੀ ਕੀਤਾ ਜਾ ਚੁੱਕਾ ਹੈ एलओसी ताकि मनप्रीत बादल विदेश ना जान इस दे बारे ਪਹਿਲਾਂ ਹੀ ਕਹਿ ਚੁੱਕੇ ਨੇ मनप्रीत बादल ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਕਾਫੀ ਨੋਕ ਝੋਕ ਸਿਆਸੀ ਬਿਆਨਬਾਜ਼ੀ ਆ ਜਿਹੜੀ ਉਹ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਸੀ ਚਾਹੇ ਮਨਪ੍ਰੀਤ ਬਾਦਲ ਦਾ ਬਾਗਾਂ ਵਿੱਚੋਂ ਬਹਿ ਕੇ ਉਹ ਲਾਈਵ ਹੋਣਾ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਦੇ ਜ਼ਰੀਏ ਮਨਪ੍ਰੀਤ ਬਾਦਲ ਨੂੰ ਲਗਾਤਾਰ ਘੇੜਨਾ ਔਰ ਮਨਪ੍ਰੀਤ ਬਾਦਲ ਦੇ ਬਾਰੇ ਜਿਹੜੀਆਂ ਇਹ ਕਾਰਵਾਈਆਂ ਸ਼ੁਰੂ ਹੋਈਆਂ ਨੇ ਇਸ ਦੇ ਵਿੱਚ ਇਹ ਵੀ ਇੱਕ ਗੱਲ ਤੱਥ ਹੈ ਦੱਸਦੀ ਏ ਕਿ ਜਿਹੜਾ ਪਗੋੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਹੋਈ ਆ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਵੀ ਹਾਈ ਕੋਰਟ ਦੇ ਵਿੱਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਐ ਅਗਾਊਂ ਜ਼ਮਾਨਤ ਵੀ ਦਿੱਤੀ ਗਈ ਸੀ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਵੀ ਪਹਿਲਾਂ ਵਾਪਸ ਲਈ ਗਈ ਫਿਰ ਰੱਦ ਹੋ ਗਈ ਹੇਠਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਕ ਕੀਤਾ ਗਿਆ ਬਠਿੰਡਾ ਅਦਾਲਤ ਤੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਹਾਈ ਕੋਰਟ 'ਚ ਸ਼ਰ ਲੈ ਲਈ ਸੀ ਰੋਕ ਕੀਤਾ ਸੀ ਪਟੀਸ਼ਨ 'ਚ ਮਨਪ੍ਰੀਤ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ਫਿਲਹਾਲ ਇਹ ਪਟੀਸ਼ਨ ਹਾਈ ਕੋਰਟ ਦੀ ਰਜਿਸਟਰੀ 'ਚ ਧਾਰ ਕੀਤੀ ਗਈ ਹੈ ਜਲਦੀ ਸੁਣਵਾਈ ਲਈ ਸੂਚੀਬੱਧ ਵੀ ਕੀਤੀ ਜਾ ਸਕਦੀ ਹੈ ਮਨਪ੍ਰੀਤ ਖਿਲਾਫ ਵਿਜੀਲੈਂਸ ਬਿਊਰੋ ਨੇ 24 ਸਤੰਬਰ ਨੂੰ ਬਠਿੰਡਾ ਵਿੱਚ ਪਲਾਟ ਅਲਾਟਮੈਂਟ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਕਿ ਕਿਵੇਂ ਇੱਕ ਕਮਰਸ਼ੀਅਲ ਤੋਂ ਰਹਾਇਸ਼ੀ ਪਲਾਟ ਵਿੱਚ ਤਬਦੀਲ ਜਿਹੜਾ ਕੀਤਾ ਗਿਆ ਮਨਪ੍ਰੀਤ ਦੀਪਾਲ ਵਿੱਚ 6 ਰਾਜਾਂ 'ਤੇ ਛਾਪੇ ਮਾਰੇ ਗਏ ਨੇ। ਦਾਇਰ ਪਟੀਸ਼ਨ ਵਿੱਚ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਹੋਇਆਂ ਇਸ ਨੂੰ ਸਿਆਸੀ ਬਦਲਾਖੋਰੀ ਦਾ ਮਾਮਲਾ ਦੱਸ ਰਿਹਾ ਹੈ। ਮਨਪ੍ਰੀਤ ਅਨੁਸਾਰ ਜੇਕਰ ਪਲਾਟ ਖਰੀਦ ਮਾਮਲੇ 'ਚ ਨਿਯਮਾਂ ਦੀ ਲੰਘਣਾ ਹੋਈ ਹੈ ਤੇ ਇਸ ਲਈ ਪੂਰੀ ਤਰ੍ਹਾਂ ਬੀਡੀਏ ਅਧਿਕਾਰੀ ਜ਼ਿੰਮੇਵਾਰ ਨੇ। ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਪਰ ਹੁਣ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਕੀ ਕੋਈ ਦੇਖਣ ਨੂੰ ਮਿਲਦਾ ਹੈ ਪਰ ਇੱਥੇ ਦੱਸ ਦਈਏ ਕਿ ਬਠਿੰਡਾ ਲੈਂਡ ਅਲਾਟਮੈਂਟ ਕੇਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਮਾਨ ਸਰਕਾਰ ਦੇ ਅੰਦਰ ਵਿਜੀਲੈਂਸ ਦੇ ਵਿੱਚ ਦੇੜੜਾਰ ਦੇ ਉੱਤੇ ਮਨਪ੍ਰੀਤ ਬਾਦਲ ਆ ਗਏ ਨੇ ਫਸਟ ਦੇ ਦਿਖਾਈ ਦੇ ਰਹੇ ਨੇ ਮਨਪ੍ਰੀਤ ਬਾਦਲ ਨੂੰ ਪਘੋੜਾ ਕਰਾਰ ਦੇਣ ਦੀ ਜਿਹੜਾ ਕਾਰਵਾਈ ਹੈ ਜਿਹੜੀ ਉਹ ਲੱਗਦਾ ਹੈ ਕਿ ਸ਼ੁਰੂਆਤ ਹੋ ਗਈ ਹੈ ਬਠਿੰਡਾ ਲੈਂਡ ਅਲਾਟਮੈਂਟ ਦੇ ਵਿੱਚ ਇਸ ਮਸਲੇ ਦੇ ਵਿੱਚ ਹੀ ਹਾਲੇ ਤੱਕ ਰਾਹਤ ਕਿਤੇ ਵੀ ਮਿਲਦੀ ਦਿਖਾਈ ਨਹੀਂ ਦੇ ਰਹੀ ਮਨਪ੍ਰੀਤ ਬਾਦਲ ਨੂੰ ਹਾਲਾਂਕਿ ਅੱਜ ਗ੍ਰਿਫਤਾਰੀ ਵਾਰੰਟ ਵੀ ਖਤਮ ਹੋ ਗਿਆ ਹੁਣ ਇਸ ਮਾਮਲੇ 'ਚ ਵਿਜੀਲੈਂਸ ਫਿਰ ਕੋਰਟ ਦਾ ਰੁੱਖ ਗ੍ਰਿਫਤਾਰੀ ਵਾਰੰਟ ਦੇ ਲਈ ਮੰਗ ਕਰੇਗੀ ਇਸ ਤੋਂ ਬਾਅਦ ਮਨਪ੍ਰੀਤ ਬਾਦਲ ਨਹੀਂ ਮਿਲੇ ਤਾ ਵਿਜੀਲੈਂਸ ਵਿੱਤ ਮੰਤਰੀ ਦੇ ਇਸ਼ਤਿਹਾਰ ਵੀ ਜਾਰੀ ਕਰ ਸਕਦੀ ਹੈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਫਿਰ ਭਗਾੜਾ ਕਰਾਰ ਕਰਨ ਜਿਹੜੀ ਹੈ ਤਿਆਰੀ ਵੀ ਵਧ ਦਿੱਤੀ ਗਈ ਹੈ ਤੇ ਹੋ ਸਕਦਾ ਹੈ ਕਿ ਜਲਦੀ ਹੀ ਇਹ ਸਾਹਮਣੇ ਆ ਜਾਵੇ ਗੱਲਬਾਤ ਜਾਂ ਫਿਰ ਮੰਤਰੀ ਬਾਦਲ ਕੀ ਜਦੋਂ ਸਾਰੇ ਪਾਸਿਓਂ ਹਾਈ ਕੋਰਟ ਦੀ ਪਟੀਸ਼ਨ ਜੋ ਪਾਈ ਆ ਉਹਨਾਂ ਨੇ ਉਸ ਦੇ ਉੱਤੇ ਸੁਣਵਾਈ ਦੀ ਉਡੀਕ ਕਰ ਰਹੇ ਹੋਣਗੇ ਜਦੋਂ ਹੀ ਉਹ ਸੁਣਵਾਈ ਹੁੰਦੀ ਹੈ ਜੇ ਤੱਕ ਰਾਹਤ ਮਿਲ ਗਈ ਤਾ ਫਿਰ ਮਨਪ੍ਰੀਤ ਬਾਦਲ ਲਈ ਲਈ ਚੰਗੇ ਸੰਕੇਤ ਨੇ ਇਸ ਕੇਸ ਤੋਂ ਬਚਣ ਦੇ ਜੇ ਨਾ ਮਿਲੀ ਤਾਂ ਫਿਰ ਹੋ ਸਕਦਾ ਉਹਨਾਂ ਨੂੰ ਸਰੈਂਡਰ ਕਰਨਾ ਪਵੇ ਨਹੀਂ ਤਾਂ ਫਿਰ ਵਿਜੀਲੈਂਸ ਦੇਰ ਨਹੀਂ ਲਾਵੇਗੀ ਪਗੋੜਾ ਕਰਾਰ ਕਰਨ ਦੇ ਲਈ ਜੇਕਰ ਹਾਈ ਕੋਰਟ ਤੋਂ ਵੀ ਮਨਪ੍ਰੀਤ ਬਾਦਲ ਨੂੰ ਰਾਹਤ ਨਾ ਮਿਲੀ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਬਠਿੰਡਾ ਵਿਜੀਲੈਂਸ ਦੀ ਟੀਮ ਮਨਪ੍ਰੀਤ ਦੀ ਗ੍ਰਿਫਤਾਰੀ ਲਈ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਰਾਜਸਥਾਨ ਦਿੱਲੀ ਵਰਗੇ ਸੂਬਿਆਂ 'ਚ ਛਾਪੇਮਾਰੀ ਮਾਰ ਚੁੱਕੀ ਹੈ ਪਰ ਮਨਪ੍ਰੀਤ ਬਾਦਲ ਦਾ ਕੋਈ ਸਰਾਗ ਨਹੀਂ ਮਿਲਿਆ ਇਸ ਨੂੰ ਵੀ ਕਿਤੇ ਨਾ ਕਿਤੇ ਫੇਲਿਅਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਜਾਂ ਵਿਜੀਲੈਂਸ ਜਿਹੜੀ ਆ ਉਹ ਮਨਪ੍ਰੀਤ ਬਾਦਲ ਨੂੰ ਫੜਨ ਦੇ ਵਿੱਚ ਫਿਰ ਕਾਮਯਾਬ ਕਿਉਂ ਨਹੀਂ ਹੋਈ ਅਜਿਹਾ ਕਿਹੜਾ ਅੜਿਕਾ ਸੀ ਹਾਲਾਂਕਿ ਇਸ ਕੇਸ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਵੀ ਨਹੀਂ ਮਨਪ੍ਰੀਤ ਬਾਦਲ ਦੇ ਜੁੜੇ ਇਸ ਕੇਸ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਤਿੰਨ ਜਿਹੜੇ ਨੇ ਮੁਲਜ਼ਮ ਉਕਾਬੂ ਕੀਤੇ ਨੇ ਰਜੀਵ ਕੁਮਾਰ ਨਿਵਾਸੀ ਨਿਊ ਸ਼ਕਤੀ ਨਗਰ ਬਠਿੰਡਾ ਮਨਦੀਪ ਸਿੰਘ ਨਿਵਾਸੀ ਲਾਲ ਸਿੰਘ ਬਸਤੀ ਬਠਿੰਡਾ ਵਿਕਾਸ ਰੋੜਾ ਨਿਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਔਰ ਤਿੰਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਵੀ ਉਹ ਜਿਹੜੇ ਨੇ ਚੱਲ ਰਹੇ ਨੇ ਕੀ ਹੁਣ ਮਨਪ੍ਰੀਤ ਬਾਦਲ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਸਕਦਾ ਹਾਲਾਂਕਿ 2018 ਦੇ ਵਿੱਚ ਬਠਿੰਡਾ ਦੇ ਵਿੱਚ ਮਾਡਲ ਟਾਉਨ ਦੇ ਵਿੱਚ ਦੋ ਪਲਾਟ ਫੜਪਣ ਦੀ ਸਾਜ਼ਿਸ਼ ਰਚਣ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਨੂੰ ਪੁੱਡਾ ਦੇ ਅਫਸਰਾਂ ਕਰਮਚਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹਨਾਂ ਪਲਾਟਾਂ ਦੀ ਫਰਜੀ ਬੋਲੀ ਕਰਵਾਈ ਜਾਣ ਦਾ ਵੀ ਇਲਜ਼ਾਮ ਹੈ ਬੋਲੀ ਦੇ ਦੌਰਾਨ ਉਹਨਾਂ ਨੇ ਨਕਸ਼ੇ ਅਪਲੋਡ ਨਹੀਂ ਕੀਤੇ ਤਾਂ ਕਿ ਕਈ ਲੋਕੇਸ਼ਨ ਤੇ ਨਾ ਜਾ ਕੋਈ ਲੋਕੇਸ਼ਨ ਤੇ ਨਾ ਜਾ ਸਕੇ ਉੱਥੇ ਹੀ ਰੈ residențial ਪਲਾਟ ਨੂੰ ਕਮਰਸ਼ੀਅਲ ਦਿਖਾਇਆ ਗਿਆ ਜਿਸ ਵਜ੍ਹਾ ਦੇ ਕਰਕੇ ਕਿਸੇ ਨੇ ਇਹਨਾਂ ਨੂੰ ਨਹੀਂ ਖਰੀਦਿਆ ਇਸ ਤੋਂ ਬਾਅਦ ਦੁਬਾਰਾ ਬੋਲੀ ਕਰਾਈ ਗਈ ਜਿਸ ਤੋਂ ਬਾਅਦ ਮਨਪ੍ਰੀਤ ਦੇ ਕਰੀਬੀ ਵਿਕਾਸ अरोੜਾ ਤੇ ਰਜੀਵ ਕੁਮਾਰ ਨੇ ਇਹ ਪਲਾਟ ਖਰੀਦੇ ਸਸਤੇ ਭਾਜ ਪਲਾਟ ਖਰੀਦਣ ਦੇ ਇਲਜ਼ਾਮ ਲੱਗੇ ਨੇ ਔਰ ਕਿਹਾ ਗਿਆ ਕਿ 66 ਲੱਖ ਰੁਪਏ ਦਾ ਘਾਟਾ ਸਰਕਾਰ ਨੂੰ ਪਾਇਆ ਗਿਆ ਵਿਜੀਲੈਂਸ ਦਾ ਦਾਅਵਾ ਹੈ ਕਿ ਪੂਰੀ ਪਲਾਨਿੰਗ ਦੇ ਨਾਲ ਤੈਅ ਤੇ ਪਲਾਟ ਮਨਪ੍ਰੀਤ ਬਾਦਲ ਦੇ ਅਲਾਟ ਕਰਵਾਉਣ ਦੇ ਲਈ ਪੂਰੀ ਸਾਜ਼ਿਸ਼ ਰਚੀ ਗਈ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ ਕਿ ਵਾਕਈ ਗ੍ਰਿਫਤਾਰੀ ਵਾਰੰਟ ਦੁਬਾਰਾ ਮੰਗਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਅਦਾਲਤ ਤੋਂ ਵਿਜੀਲੈਂਸ ਵੱਲੋਂ ਜੇਕਰ ਉਦੋਂ ਵੀ ਮਨਪ੍ਰੀਤ ਬਾਦਲ ਪੇਸ਼ ਨਹੀਂ ਹੁੰਦੇ ਸਾਹਮਣੇ ਨਹੀਂ ਆਉਂਦੇ ਤਾਂ ਫਿਰ ਕੀ ਭਗੌੜਾ ਕਰਾਰ ਵਾਕਈ ਦਿੱਤਾ ਜਾਵੇਗਾ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਵੇਗਾ ਫਿਲਹਾਲ ਜਦ ਤੱਕ ਕੋਈ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ